ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਹਾਂਜੀ ਬਾਬਿਓ, ਕੀ ਹਾਲ ਚਾਲ ਕਰ। ਫਿਰ ਸਵਾਗਤ ਹੈ ਪੰਜਾਬੀ ਸਵੈਗ ਚੈਨਲ ਦੀ ਇੱਕ ਹੋਰ ਨਵੀਂ ਅਪਡੇਟ ਵੀਡੀਓ ਦੇ ਵਿੱਚ। ਸੋ ਦੋਸਤੋ, ਪਹਿਲਾਂ ਤਾਂ ਗੱਲਬਾਤ ਕੀਤੀ ਹੈ ਕਰਨ ਔਜਲਾ ਬਾਰੇ। ਸੋ ਦੋਸਤੋ, ਕਰਨ ਔਜਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਫੋਟੋ ਸ਼ੇਅਰ ਕੀਤੀ ਹੈ ਡਿਵਾਈਨ ਦੇ ਨਾਲ, ਅਤੇ ਨਵੇਂ ਗਾਣੇ ਦਾ ਐਲਾਨ ਕੀਤਾ। ਤੁਸੀਂ ਚੈੱਕ ਕਰ ਸਕਦੇ ਹੋ ਆਪਣੀ ਸਕਰੀਨ 'ਤੇ। ਕਰਨ ਔਜਲਾ ਬਰਥਡੇ ਵਾਲੇ ਦਿਨ, ਮਤਲਬ ਕਿ 18 ਜਨਵਰੀ ਨੂੰ ਗਾਣਾ ਦੇਖਣ ਨੂੰ ਮਿਲੂਗਾ। ਗਾਣੇ ਦੀ ਲਾਈਨਾਂ ਵਾਇਰਲ ਹੋ ਰਹੀਆਂ। ਕਰਨ ਔਜਲਾ ਨੇ ਕੈਪਸ਼ਨ ਦੇ ਵਿੱਚ ਵੀ ਲਿਖਿਆ ਸੀ, ਇੱਕ ਕੋਖਾ ਦੋ ਕੋਖਾ, ਮਤਲਬ ਕੋਈ ਨਾ ਕੋਈ ਵੱਡਾ ਸਰਪ੍ਰਾਈਜ਼ ਹੋਊਗਾ ਇਸ ਗੀਤ ਦੇ ਵਿੱਚ। ਬਾਕੀ ਤੁਹਾਨੂੰ ਸਾਰਿਆਂ ਨੂੰ ਕਿੰਨੀ ਕੀ ਵੇਟ ਹੈ ਗਾਣੇ ਦੀ, ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਨਾਲ ਹੀ ਬਿਲਾਲ ਸੱਯਦ ਸਿੱਧੂ ਮੂਸਾਲਾ ਬਾਰੇ ਗੱਲਬਾਤ ਕਰਦਾ ਦਿਖਾਈ ਦੇ ਰਿਹਾ ਇੱਕ ਲਾਈਵ ਸ਼ੋਅ ਦੇ ਵਿੱਚ। ਤੁਸੀਂ ਆਪਣੀ ਸਕਰੀਨ 'ਤੇ ਉਹ ਵਾਇਰਲ ਕਲਿੱਪ ਵੀ ਚੈੱਕ ਕਰ ਸਕਦੇ ਹੋ। Thank you.